ਪੁੱਛ ਲਿਆ, ਤੇਰੇ ਕੋਲ ਤਾਂ ਟਾਈਮ ਹੀ ਕੋਈ ਨਹੀਂ ਸੀ ਮੇਰੇ ਵਾਸਤੇ, ਤੂੰ ਤਾਂ ਬੱਚੇ ਹੀ ਪਾਲਦਾ ਰਿਹਾ, ਤੂੰ ਤਾਂ ਪਲਾਟ ਹੀ ਬਣਾਉਂਦਾ ਰਿਹਾ ਇੱਥੋਂ ਪਲਾਟ। ਉਹ ਦੱਸ ਤੇਰੇ ਕੋਲ ਮੇਰੇ ਵਾਸਤੇ ਟਾਈਮ ਹੀ ਕੋਈ ਨਹੀਂ ਸੀ, ਅੱਜ ਬੁਲਾ ਜਿਹਨਾਂ ਵਾਸਤੇ ਰਾਮ ਲਾਲ ਇਕੱਠਾ ਕੀਤਾ ਹੀ, ਉਹ ਤਾਂ ਤੇਰੇ ਮੂੰਹ ਤੇ ਮਿੱਟੀ ਪਾ ਕੇ ਚਲੇ ਗਏ। ਆਜ ਲੈ ਇਨਕੀ ਪਨਾਹ, ਆਜ ਮਦਦ ਮੰਗ ਇਨਸੇ, ਅੱਲਾ ਦੇ ਹਜ਼ੂਰ ਦੇ, ਉਹ ਅੱਲਾ ਦੇ ਬੰਦੇ ਹਜ਼ੂਰ ਨਾਲ ਅੰਨੇਵਾਹ ਪਿਆਰ ਕਰੋ। ਹਾਂ, ਪੁੱਤਰ ਵੀ ਮਿੱਟੀ ਪਾ ਦੇਣੀ ਨੇ, ਯਾਰਾਂ ਵੀ ਮਿੱਟੀ ਪਾ ਦੇਣੀ ਨੇ, ਆਉਣਾ ਉੱਥੇ ਰਸੂਲ ਅੱਲਾ ਨੇ। ਮਤ ਕਿਸੇ ਦੇ ਕੰਨ ਬੰਦ ਕਰ ਦਿਓ, ਹਾਂ ਤੁਹਾਨੂੰ ਤਾਂ ਮਾਰਨ ਵਾਲਾ ਵੀ ਕੋਈ ਨਹੀਂ। ਤੇ ਹਬੀਬ ਬਿਨ ਜ਼ੈਦ ਤੇ ਅੱਗ 'ਚ ਪਏ ਹੋਏ ਸਨ, ਇਤਨਾ ਜਿਸਮ ਅੱਗ 'ਚ ਪਿਆ ਹੋਇਆ ਸੀ, ਤੇ ਉਹ ਕਹਿੰਦਾ ਸੀ ਦੱਸ ਮੈਂ ਕੌਣ ਹਾਂ, ਪਰ ਮੈਂ ਕੀ ਬੋਂਦਾ, ਤੂੰ ਕੌਣ ਹੈ, ਰਸੂਲ ਤੇ ਰਸੂਲ ਉੱਲਾ ਹੀ ਹੈ, ਤੇ ਤੁਹਾਨੂੰ ਤਾਂ ਮਾਰਨ ਵਾਲਾ ਵੀ ਝੱਲਿਓ ਕੋਈ ਨਹੀਂ। ਉਹ 20 ਕਿਸਮ ਦੀਆਂ ਕੋਠੀਆਂ ਕਨਾਲਾਂ 'ਚ ਬਹਿ ਕੇ, ਉਹ ਵੱਡੀਆਂ ਕੋਠੀਆਂ ਜਾਣ ਦਾ ਇਹ ਮਤਲਬ ਹੈ ਬੰਦਾ ਅੰਗੂਠੇ ਚੁੰਮਣਾ ਛੱਡ ਦੇ, ਉਹ ਵੱਡੀਆਂ ਕੋਠੀਆਂ ਜਾਣ ਦਾ ਇਹ ਮਤਲਬ ਹੈ ਮੁਸਤਫਾ ਜਾਨ ਰਹਿਮਤ ਨਾ ਪੜੋ, ਉਹ ਵੱਡੀਆਂ ਕੋਠੀਆਂ ਜਾਣ ਦਾ ਇਹ ਮਤਲਬ ਹੈ ਮਿਲਾਦ ਨਾ ਕਰੋ, ਚੱਲਿਓ ਤੁਹਾਨੂੰ ਤਾਂ ਡਬਲ ਮਿਲਾਦ ਕਰਨੇ ਚਾਹੀਦੇ ਨੇ। ਉਹ ਵੀ ਤੈਨ ਜਿਹੜੇ ਝੁੱਗੀਆਂ 'ਚ ਸੁੱਤੇ ਪੈਣ, ਯਾ ਅੱਲਾ ਤੇਰਾ ਸ਼ੁਕਰ ਹੈ ਮੈਂ ਇਸ ਕਾਬਿਲ ਤਾਂ ਕੋਈ ਨਹੀਂ ਸੀ। ਕਿਉਂ ਜੀ, ਮੈਨੂੰ ਇੱਕ ਬਜ਼ੁਰਗ ਨੇ ਗੱਲ ਕੀਤੀ, ਇੱਕ ਬਜ਼ੁਰਗ ਨੇ ਮੈਨੂੰ ਗੱਲ ਕੀਤੀ ਬੜੀ ਵੱਡੀ, ਮੈਂ ਉਹ ਕਹਿਣ ਲੱਗੇ ਮੈਂ ਹਰ ਇੱਕ ਬੰਦੇ ਨੂੰ ਪੈਸੇ ਦੇ ਦਿੰਦਾ ਮੰਗਣ ਵਾਲੇ ਨੂੰ, ਮੈਂ ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਪਿਆ, ਮੈਂ ਆਖਿਆ ਜੀ ਹਰ ਬੰਦੇ ਨੂੰ ਦੇ ਦਿੰਦੇ ਹੋ? ਕਹਿਣ ਲੱਗੇ ਮੌਲਾਨਾ ਤੂੰ ਇਹੀ ਸਵਾਲ ਕਰਨਾ ਚਾਹੁੰਦਾ ਨਾ, ਗੈਰ ਮੁਸਤਹਿਕ ਨੂੰ ਮੈਂ ਰੁਪਈਆ ਦੇ ਦਿੱਤਾ? ਮੈਂ ਆਖਿਆ ਜੀ ਬਿਲਕੁਲ। ਤੇ ਫਿਰ ਰੋ ਕੇ ਕਹਿਣ ਲੱਗੇ ਯਾਰਾ ਜੋ ਕੁਝ ਮੈਨੂੰ ਮਿਲਿਆ ਮੈਂ ਇਹਦਾ ਮੁਸਤਹਿਕ ਹਾਂ, ਔਰ ਮੈਂ ਇੱਕ ਰੁਪਈਆ ਗੈਰ ਮੁਸਤਹਿਕ ਨੂੰ ਦੇ ਦਿੱਤਾ, ਮੈਨੂੰ ਜਿਹੜੇ ਅਰਬਾਂ ਰੁਪਏ ਰੱਬ ਦਿੱਤੇ ਮੈਂ ਕੋਈ ਮੁਸਤਹਿਕ ਹਾਂ, ਤੇ ਤੁਸੀਂ ਤੇ ਮੈਂ ਕੋਈ ਮੁਸਤਹਿਕ ਹਾਂ ਇਹਨਾਂ ਚੀਜ਼ਾਂ ਦੇ ਜਿਹੜੇ ਬੈਠੇ ਹਾਂ? ਐਡੀ ਜਨਾਬ ਕੱਪੜੇ ਤੇ ਐਡੇ ਪੈਸੇ ਤੇ ਕੋਠੀਆਂ, ਇਹ ਤੇ ਮਾਜ਼ ਉਹਦਾ ਕਰਮ ਹੈ, ਤੇ ਕਰਮ ਉਹਦਾ ਹੋਵੇ ਤਾਂ ਫਿਰ ਬੰਦਾ ਅੰਗੂਠੇ ਚੁੰਮਣੇ ਛੱਡ ਦੇਵੇ, ਬਲਕਿ ਇੱਥੋਂ ਲਿਆ ਕੇ ਚੁੰਮੇ, ਲੋਕਾਂ ਪਤਾ ਨਾ ਕੀ ਕੀਤਾ ਹੀ, ਉਹਨੇ ਕਿਹਾ ਆਪਣੇ ਨਬੀ ਨਾਲ ਪਿਆਰ ਕੀਤਾ। ਹੋਰ ਲੱਭਾਈ 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 ਯਾ ਰਸੂਲ ਅੱਲਾ ਲੱਭਾਈ ਲੱਭਾਈ ਲੱਭਾਈ।